ਅਸਲਾਮ ਅਲੈਕੁਮ, ਤੁਹਾਡੀ ਖਿਦਮਤ ਵਿੱਚ ਇੱਕ ਨਵੇਂ ਵਲੌਗ ਨਾਲ ਹਾਜ਼ਰ ਹਾਂ। ਕਾਫੀ ਟਾਈਮ ਤੋਂ ਮੈਂ ਵਲੌਗ ਅਪਲੋਡ ਨਹੀਂ ਕਰ ਸਕਿਆ, ਕੁਛ ਮਸਰੂਫੀਅਤ ਦੀ ਵਜ੍ਹਾ ਤੋਂ। ਬਹਰਹਾਲ ਜੋ ਵੀ ਹੈ, ਅਤੇ ਅੱਜ ਮੈਂ ਇੱਕ ਛੋਟਾ ਜਿਹਾ ਵਲੌਗ ਬਣਾ ਕੇ ਅਪਲੋਡ ਕਰਨ ਲੱਗਾ ਆਪਣੇ ਯੂਟਿਊਬ ਚੈਨਲ ਤੋਂ। ਇਸ ਟਾਈਮ ਮੈਂ ਮੌਜੂਦ ਹਾਂ ਲਾਹੌਰ ਦੇ ਡਿਫੈਂਸ ਏਰੀਆ DH। ਏ ਫਿਊ ਮੋਮੈਂਟਸ ਲੇਟਰ ਜੀ, ਹੁਣ ਤੁਹਾਨੂੰ ਇੱਕ ਛੋਟਾ ਜਿਹਾ ਟੂਰ ਦੇਣ ਲੱਗਿਆ ਹੈ ਮਸਜਿਦ ਦਾ, DH ਫੇਜ਼, ਮੇਰੇ ਖਿਆਲ ਹੈ ਫੇਜ਼ 1। ਅਤੇ ਮੇਨ ਐਂਟਰੈਂਸ ਹੈ ਇਸ ਮਸਜਿਦ ਦੀ। ਇਸ ਮਸਜਿਦ ਦੇ ਅੰਦਰ ਤੁਹਾਨੂੰ ਚੈੱਕ ਕਰਵਾਈਆਂ ਕਿਤਨੇ, ਮਤਲਬ ਇਹ ਕੀ ਸਹੂਲੀਅਤ ਹੈ ਜੀ। ਇਹ ਸਮਾਨ ਰੱਖਣ ਵਾਸਤੇ ਬੋਕਸ ਵਗੈਰਾ, ਲੌਕ ਲਾਉਣ ਵਾਸਤੇ ਲੌਕ ਲੱਗੇ ਹੋਣ ਇਹਨਾਂ ਨੂੰ। ਬਾਕੀ ਆ ਵੂਜ਼ੂ ਵਾਲਾ ਜਗ੍ਹਾ, ਇੱਕ ਛੋਟਾ ਜਿਹਾ ਨਾਲ ਫਿਲਟਰ ਬਿਲਕੁਲ ਨਾਲ ਹੀ ਐਚ ਬਲਾਕ। ਉੱਥੇ ਕਾਫੀ ਜ਼ਿਆਦਾ ਰੈਸਟੋਰੈਂਟ ਹਨ, ਉੱਥੇ ਤੁਹਾਨੂੰ ਜਾ ਕੇ ਇੱਕ ਸ਼ਾਰਟ ਟੂਰ ਦਿੰਦੇ ਹਾਂ ਰੈਸਟੋਰੈਂਟ ਦਾ, ਤੁਹਾਨੂੰ ਚੈੱਕ ਕਰਵਾਉਣਾ ਉੱਥੇ ਕਿਹੜੇ ਕਿਹੜੇ ਮਸ਼ਹੂਰ ਰੈਸਟੋਰੈਂਟ ਹੈ। ਬਾਕੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਰਹੇ ਹੋ, ਅੱਜ ਮਾਮੂਲ ਤੋਂ ਮੁਤਾਬਿਕ ਟ੍ਰੈਫਿਕ ਬਹੁਤ ਕਮ ਹੈ, ਕਿਉਂਕਿ ਅੱਜ ਸੰਡੇ ਹੈ ਅਤੇ ਸੰਡੇ ਨੂੰ ਲਾਹੌਰ ਹੀ ਜਾਣਾ ਮੈਂ ਜ਼ਿਆਦਾ ਰੈਸਟ ਹੀ ਕਰਦਾ। ਸੰਡੇ ਨੂੰ ਜ਼ਿਆਦਾਤਰ ਮਾਰਕੀਟਸ ਵੀ ਕਲੋਜ਼ ਹੁੰਦੀਆਂ, ਬੰਦ ਹੁੰਦੀਆਂ, ਰੈਸਟ ਛੁੱਟੀ। ਬਾਕੀ ਹੈ ਫੁੱਟਪਾਥ ਬਣਿਆ ਜਾ ਕੇ ਕ੍ਰਾਸ ਕਰਨ ਵਾਸਤੇ। ਸੂਰਜ ਬਿਲਕੁਲ ਗਰੂਬ ਹੋ ਰਿਹਾ, ਮਗਰਬ ਦਾ ਟਾਈਮ ਬਿਲਕੁਲ ਕਰੀਬ ਹੈ। ਬਾਕੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਐਚ ਬਲਾਕ, DHA ਐਚ ਬਲਾਕ। ਅੱਜ ਮਾਮੂਲ ਤੋਂ ਰਸ਼ ਕਾਫੀ ਕਮ ਹੈ, ਕਿਉਂਕਿ ਅੱਜ ਸੰਡੇ ਹੈ ਅਤੇ ਬਾਕੀ ਜ਼ਿਆਦਾਤਰ ਰਸ਼ ਜੁੰਮਾ ਹਫਤਾ ਇਸ ਟਾਈਮ ਜਿਹੜਾ ਨਾ ਇਤਨਾ ਰਸ਼ ਜ਼ਿਆਦਾ ਕੋਈ ਨਹੀਂ। ਪਾਰਕਿੰਗ ਏਰੀਆ ਅਤੇ ਬਿਲਕੁਲ ਸਾਹਮਣੇ ਸਾਰੇ ਟੋਟਲੀ ਰੈਸਟੋਰੈਂਟ ਹੀ ਰੈਸਟੋਰੈਂਟ ਹੈ, ਅਤੇ ਇਸ ਸਾਈਡ 'ਤੇ ਬਿਲਕੁਲ ਰੈਸਟੋਰੈਂਟ, ਜ਼ਿਆਦਾਤਰ ਮੋਸਟਲੀ ਇਸ ਬਲਾਕ ਹੀ ਰੈਸਟੋਰੈਂਟ ਹੀ ਹੈ। ਇਸ ਏਰੀਏ 'ਚ ਰੈਸਟੋਰੈਂਟ ਜ਼ਿਆਦਾ ਹਨ, ਇਸ ਵਜ੍ਹਾ ਤੋਂ ਜ਼ਿਆਦਾਤਰ ਜਿਹੜਾ ਲੋਕਾਂ ਦਾ ਰੁਜ਼ਗਾਰ ਹੈ ਉਹ ਮਤਲਬ ਡਿਲੀਵਰੀ ਬੋਆਏ, ਤੁਹਾਨੂੰ ਇੱਥੇ ਜ਼ਿਆਦਾਤਰ ਡਿਲੀਵਰੀ ਬੋਆਏ ਬਹੁਤ ਜ਼ਿਆਦਾ ਨਜ਼ਰ ਆਉਂਦੇ ਹਨ। ਮੈਂ ਤੁਹਾਨੂੰ ਅੱਗੇ ਜਾ ਕੇ ਚੈੱਕ ਕਰਵਾਈਨਾ, ਅਤੇ ਇਹ ਤੁਸੀਂ ਇਹ ਬੋਕਸ ਚੈੱਕ ਕਰ ਰਹੇ, ਮੋਸਟਲੀ ਮੋਟਰਸਾਈਕਲਾਂ ਦੇ ਪਿੱਛੇ ਇਸ ਤਰ੍ਹਾਂ ਦੇ ਬੋਕਸ ਫਿਕਸ ਹੁੰਦੇ ਨੇ। ਇਹ ਜਿਹੜੇ ਲੋਕ ਹਨ ਜਿਹੜੇ ਮਤਲਬ ਇੱਥੇ ਕੰਮ ਕਰਦੇ ਹਨ ਰੈਸਟੋਰੈਂਟ ਡਿਲੀਵਰੀ ਬੋਆਏ ਦਾ, ਉਹ ਇਹਨਾਂ ਬੋਕਸ 'ਚ ਡਿਲੀਵਰੀ ਲੈ ਕੇ ਪਹੁੰਚਾਉਂਦੇ ਨੇ ਘਰਾਂ ਤਾਂ, ਜਿਹੜੀ ਜਿੱਥੇ ਡਿਲੀਵਰੀ ਹੋਵੇ ਉਹਦੇ ਮੁਤਾਬਿਕ ਉਹ ਚਾਰਜ ਕਰਦੇ ਨੇ ਏਰੀਆ ਦੇ ਹਿਸਾਬ ਨਾਲ। ਇਹ ਚੈੱਕ ਕਰ ਰਹੇ ਹੋ ਛੋਟੇ ਛੋਟੇ ਬੋਕਸ ਨਜ਼ਰ ਆ ਰਹੇ ਹਨ, ਇਹਦੇ ਵਿੱਚ ਪੀਜ਼ਾ ਜੋ ਵੀ ਡਿਲੀਵਰੀ ਉਹਨਾਂ ਨੂੰ ਮਿਲੇ ਉਹ ਮਤਲਬ ਮੁਖਤਲਿਫ ਘਰਾਂ ਤੱਕ ਪਹੁੰਚਾਉਂਦੇ ਨੇ ਅਤੇ ਆਪਣਾ ਮਤਲਬ ਪੈਸੇ ਚਾਰਜ ਕਰਦੇ ਹਨ। ਮੇਰੇ ਸਾਹਮਣੇ ਕੋਕਬੁਲ ਬੜੇ ਹਾਈ ਪ੍ਰੋਫਾਈਲ ਲੋਕ ਜਿਹੜਾ ਨਾ ਇੱਥੇ ਜ਼ਿਆਦਾਤਰ ਇੰਜੋਏ ਕਰਨ ਆਉਂਦੇ ਹਨ, ਖਾਣ ਆਉਂਦੇ ਹਨ, ਰੈਸਟੋਰੈਂਟ 'ਤੇ ਆਉਂਦੇ ਹਨ, ਬਿਲਕੁਲ ਸਾਰੇ ਰੈਸਟੋਰੈਂਟ ਹੀ ਹੈ। ਇਹ ਸਾਹਮਣੇ ਬਿਲਕੁਲ ਵੇਟਰ ਹੈ, ਇਹਨਾਂ ਦੇ ਹੱਥੀ ਮੈਨਿਊ ਹੈ, ਉਹ ਲੋਕਾਂ ਜਿਹੜੇ ਆਮ ਇਹਨਾਂ ਚੈੱਕ ਕਰਵਾਉਂਦੇ ਨੇ ਮੈਨੂ ਦਿੰਦੇ ਨੇ, ਬਈ ਇਹ ਸਾਡੇ ਮੈਨਿਊ 'ਚ। ਬਾਕੀ ਸਾਹਮਣੇ ਬੋਇਸ ਦੀਆਂ ਬਾਈਕਸ ਨਜ਼ਰ ਆ ਰਹੀਆਂ, ਬਾਈਕਸ ਹੀ ਬਾਈਕਸ। ਜ਼ਿਆਦਾਤਰ ਰਾਤ ਨੂੰ, ਰਾਤ ਗਏ ਤੱਕ ਲੋਕਾਂ ਦਾ ਇੱਥੇ ਜੰਮੇ ਗਫੀਰ, ਰਸ਼ ਪਾਰਕਿੰਗ, ਇਹ ਸਾਰਾ ਬਿਲਕੁਲ ਪਾਰਕਿੰਗ ਏਰੀਆ, ਰਸ਼ ਲੱਗਾ ਰਹਿੰਦਾ। ਇਹ ਚੈੱਕ ਕਰ ਸਕਦੇ ਹੋ ਜੋ ਵੀ ਆਉਂਦੇ ਨੇ ਡਿਲੀਵਰੀ ਵੇਟਰ ਜਿਹੜੇ ਨਵਾਂਦੇ ਤੀ ਮੈਨਿਊ ਹੁੰਦੇ ਨੇ ਇਸ ਕਿਸਮ ਦੇ, ਉਹ ਮੈਨਿਊ ਦਿੰਦੇ ਨੇ ਜੀ। ਮੇਰੇ ਬਿਲਕੁਲ ਸਾਹਮਣੇ ਅਜੇਤੀ ਪਾਨ ਸ਼ਾਪ ਰੈਸਟੋਰੈਂਟ, ਜਿੰਨੇ ਵੀ ਇੱਥੇ ਐਚ ਬਲਾਕ ਦੇ ਰੈਸਟੋਰੈਂਟ ਹੈ ਉਹਨਾਂ ਤੋਂ ਸਭ ਤੋਂ ਜ਼ਿਆਦਾ ਮਸ਼ਹੂਰ ਜਿਹੜਾ ਰੈਸਟੋਰੈਂਟ ਹੈ ਅਜੇਤੀ ਪਾਨ ਸ਼ਾਪ ਹੈ, ਅਤੇ ਲਾਹੌਰ 'ਚ ਬਹੁਤ ਮਸ਼ਹੂਰ ਹੈ ਪਾਨ ਦੇ ਹਵਾਲੇ ਨਾਲ ਇਹ ਰੈਸਟੋਰੈਂਟ। ਅਤੇ ਇਸ ਤੋਂ ਇਲਾਵਾ ਜਿੰਨੇ ਵੀ ਇੱਥੇ ਐਚ ਬਲਾਕ 'ਚ ਰੈਸਟੋਰੈਂਟ ਚੱਲ ਰਹੇ ਹਨ ਸਭ ਤੋਂ ਜ਼ਿਆਦਾ ਮਸ਼ਹੂਰ ਰੈਸਟੋਰੈਂਟ ਅਜੇਤੀ ਪਾਨ ਸ਼ਾਪ ਹੈ। ਇਹ ਕਹਿੰਦੇ ਨੇ ਇਸ ਦਾ ਪਾਨ ਬਹੁਤ ਮਸ਼ਹੂਰ ਹੈ ਪੂਰੇ ਲਾਹੌਰ 'ਚ, ਇੱਕ ਬ੍ਰਾਂਡ ਬਣ ਚੁੱਕਿਆ ਹੈ ਪੂਰੇ ਲਾਹੌਰ 'ਚ। ਅਤੇ ਕਹਿੰਦੇ ਨੇ ਇਸ ਦਾ ਜਿਹੜਾ ਮਾਲਿਕ ਆ ਉਹ ਇੱਕ ਠੇਲੇ 'ਤੇ ਪਾਨ ਸੇਲ ਕਰਦਾ ਹੈ, ਉਸ ਤੋਂ ਬਾਅਦ ਉਸ ਇਤਨੀ ਤਰੱਕੀ ਕੀਤੀ, ਉਸ ਇਤਨਾ ਕਮਾਇਆ, ਉਸ ਤੋਂ ਬਾਅਦ ਤੁਹਾਡੇ ਬਿਲਕੁਲ ਸਾਹਮਣੇ ਹੁਣ ਰੈਸਟੋਰੈਂਟ ਖੜ੍ਹਾ ਕਰ ਲਿਆ। ਇਸ ਦੀ ਕਈ ਬ੍ਰਾਂਚਾਂ, ਅਤੇ ਇਹ ਪਹਿਲੀ ਇਹ ਬ੍ਰਾਂਚ ਜਿਹੜੀ ਹੈ ਐਚ ਬਲੌਕ 'ਚ। ਬਾਕੀ ਤੁਹਾਨੂੰ ਪਾਨ ਚੈੱਕ ਕਰਵਾਉਣਾ, ਪਾਨ ਬਿਲਕੁਲ ਸਾਹਮਣੇ ਤਿਆਰ ਹੋ ਰਹੇ ਨੇ, ਇਹਦੀ ਪੈਕਿੰਗ ਹੋ ਰਹੀ ਹੈ, ਅਤੇ ਇਹਦੀ ਕੀਮਤ ਤਕਰੀਬਨ 200। ਇੱਥੇ ਅਸਾਂ ਵੀਡੀਓ ਨੂੰ ਕਰਨ ਲੱਗੇ ਹਾਂ ਐਂਡ, ਉਮੀਦ ਹੈ ਤੁਹਾਨੂੰ ਇਹ ਛੋਟਾ ਜਿਹਾ ਵਲੌਗ ਪਸੰਦ ਆਇਓ। ਅਸੀਂ ਮਿਲਦੇ ਹਾਂ ਨੈਕਸਟ ਵਲੌਗ 'ਚ। ਬਾਕੀ ਆਪਣਾ ਖਿਆਲ ਰੱਖਣਾ, ਸਾਨੂੰ ਦੁਆਵਾਂ ਯਾਦ ਰੱਖਣਾ, ਅਤੇ ਬਾਕੀ ਇਹ ਇਸ਼ਾਰੇ ਦੀ ਸਮਝ ਨਹੀਂ ਆ ਰਹੀ ਹੈ, ਜਲ ਰਹੀ ਬੱਤੀ ਬੁਝ ਰਹੀ ਹੈ, ਜਲ ਰਹੀ ਹੈ ਬੁਝ ਰਹੀ ਹੈ, ਰੁਕਣਾ ਕਿਸ ਟਾਈਮ ਹੈ, ਚੱਲਣਾ ਕਿਸ ਟਾਈਮ ਹੈ। ਅੱਛਾ, ਇਸ ਨੂੰ ਇਸ ਵਜ੍ਹਾ ਤੋਂ ਇੱਥੇ ਮਤਲਬ ਇਹਦੀ ਇਹ ਰੀਜ਼ਨ ਹੈ ਕਿਉਂਕਿ ਇਹ ਫੁੱਟਪਾਥ ਮਤਲਬ ਜ਼ੇਬਰਾ ਕਰਾਸਿੰਗ, ਪੈਦਲ ਚੱਲਣ ਵਾਸਤੇ ਜਿਹੜੇ ਪੈਦਲ ਗੁਜ਼ਰਨ ਵਾਸਤੇ ਉਹਨਾਂ ਦੇ ਵਾਸਤੇ ਜ਼ੇਬਰਾ ਕਰਾਸਿੰਗ ਬਣਾਈ ਹੋਈ ਹੈ।
ਅਤੇ ਇਹ ਉਸਨੂੰ ਇੰਡੀਕੇਟ ਕਰ ਰਿਹਾ ਤਾਂ ਕਿ ਇਦੋਂ ਆਉਣ ਵਾਲੀ ਟ੍ਰੈਫਿਕ ਨੂੰ ਪਤਾ ਚੱਲ ਜਾਵੇ ਕਿ ਬਈ ਇੱਥੇ ਕ੍ਰਾਸਿੰਗ। ਬਾਕੀ ਉਮੀਦ ਕਰਨਾ ਹੈ ਤੁਹਾਨੂੰ ਵਲੋਗ ਪਸੰਦ ਆਇਆ ਉਸੀ, ਅਤੇ ਇਸ ਨੂੰ ਲਾਈਕ ਵੀ ਮਾਰ ਦਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਸਬਸਕ੍ਰਾਈਬ ਕਰਨ 'ਤੇ ਕਿਤਨਾ ਟਾਈਮ ਲੱਗਦਾ, ਤੁਸੀਂ ਬਗੈਰ ਸਬਸਕ੍ਰਾਈਬ ਕੀਤੇ ਸਾਡੀ ਵੀਡੀਓ ਵਾਚ ਕਰਦੇ ਹੋ। ਉਮੀਦ ਹੈ ਤੁਹਾਨੂੰ ਛੋਟਾ ਜਿਹਾ ਵਲੋਗ ਪਸੰਦ ਆ ਸੀ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।